ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਸਨ ਵੀਰ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅਜਨਾਲੇ ਸ਼ਹਿਰ ਦੇ ਵਿੱਚੋਂ ਹੀ ਜਿਹੜੀ ਅੱਜ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਆ। ਬਗੀਚਾ ਸਿੰਘ ਵੀਰ ਕਵਾਜਾ ਆਪਾਂ ਪਹੁੰਚੇ ਹਾਂ ਅਤੇ ਅੱਗੇ ਵੀ ਇਸ ਘਰ ਦੇ ਵਿੱਚ ਜਿਹੜੀਆਂ ਤੁਹਾਨੂੰ ਵੀਡੀਓ ਦਿਖਾਈ ਦੀਆਂ। ਅੱਜ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ, ਦੋਵੇਂ ਹੌਲੇ ਭਾਲੀਆਂ। ਅਤੇ ਉਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛ ਲਈ ਇਹਨਾਂ ਬਾਰੇ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ? ਵਧੀਆ ਵਧੀਆ ਜੀ, ਤਾਂ ਵੀਡੀਓ ਦੀ ਸੁਣਾਓ। ਹੋਰ ਫਿਰ ਵੱਢ ਲਈਆਂ ਜੀ ਕਣਕਾਂ ਕੁਣਕਾਂ? ਹਾਂਜੀ ਵੀਰ ਜੀ, ਕਣਕ ਕੁਣਕਾਂ ਵੱਢੀਆਂ ਨੇ ਜਿਹੜੀ ਵੇਲੇ ਆ। ਠੀਕ ਹੈ ਜੀ। ਹਾਂਜੀ, ਤੇ ਨਾਮ ਦੱਸ ਦੇ ਵੀਰ ਜੀ ਕਰੀ ਆਪਣਾ। ਨਾਮ ਵੀਰ ਜੀ ਮੇਰਾ ਬਗੀਚਾ ਸਿੰਘ ਜੀ। ਹਾਂਜੀ, ਸ਼ਹਿਰ ਆਪਣਾ ਹੀ ਨਾਲਾ ਜੀ, ਤੇ ਠੀਕ ਹੈ, ਜ਼ਿਲ੍ਹਾ ਆਪਣਾ ਅੰਮ੍ਰਿਤਸਰ ਪੈ ਜਾਂਦਾ। ਅੰਮ੍ਰਿਤਸਰ ਜ਼ਿਲ੍ਹਾ ਪੈ ਜਾਂਦਾ ਹਨਾ? ਠੀਕ ਹੈ, ਤੇ ਅੱਜ ਦੋ ਗਾਵਾਂ ਵਕਾਊ ਕਰਨੀਆਂ ਫਿਰ ਹਨਾ? ਹਾਂਜੀ, ਦੋ ਗਾਵਾਂ ਕਰਨੀਆਂ ਜੀ। ਠੀਕ ਹੈ ਜੀ। ਤੇ ਜਿਹੜੀ ਆ ਪਹਿਲੇ ਨੰਬਰ ਤੇ ਗਾਂ ਵੱਜੀ ਆ, ਹਵਾਨਾ ਜਿਹਦੇ ਥੱਲੇ ਕਾਫੀ ਤਗੜਾ ਲੱਗਾ ਕਿ ਕਿੰਨਵਾਂ ਸੂਬਾ ਸੂਈ ਆ ਜੀ? ਤੇ ਵੀਰ ਜੀ ਘਰ ਵਾਲੇ ਦੂਜਾ ਤੇ ਤੀਜਾ ਤੀਜਾ ਸੂਬਾ ਹੀ ਲਾਓ। ਅੱਛਾ ਜੀ। ਹਾਂਜੀ, ਤੀਜਾ ਸੂਬਾ ਸੂਈ ਜੀ। ਤੇ ਮਗਰ ਕੀ ਆ ਗਿਆ ਇਹਦੇ? ਮਗਰ ਇਹਦੇ ਬੱਚੀ ਦੇ ਵੀਰ ਜੀ। ਕਿੱਥੇ ਆ ਜੀ ਇਹਦੀ ਬੱਚੀ? ਬੱਚੀ ਵੀਰ ਜੀ ਉਹ ਨਾਲ ਹੀ ਬੱਜੀ ਜੀ। ਆਹ ਦੋਸਤੋ ਜਿਹੜੀ ਉਹਦੀ ਬੱਚੀ ਜੀ। ਹਾਂਜੀ ਵੀਰ ਜੀ, ਦੁੱਧ ਕਿੰਨਾ ਕੁ ਤਿਆਰ ਹੈ ਜੀ ਇਹਦੇ ਕੋਲ ਹੁਣ? ਵੀਰ ਜੀ ਹੁਣ ਨੈਟ ਦੁੱਧ ਇਹਦੇ ਲਈ 14 ਲੀਟਰ ਤਿਆਰ ਜੀ। 14 ਲੀਟਰ ਦੁੱਧ ਹੁਣ ਪੂਰਾ ਕੰਡੇ ਵਾਲਾ ਤਿਆਰ ਹੈ ਹਨਾ? ਕੰਡੇ ਵਾਲਾ ਤਿਆਰ ਜੀ। ਤੇ ਵੱਧ ਸਕਦੀ ਦੁੱਧ ਹੁਣ? ਹਾਂਜੀ ਵੀਰ ਜੀ, ਕੋਈ 16 ਕਿਲੋ ਕਰ ਦਊਂਗੇ। 16 ਕੁ ਕਿਲੋ ਦੁੱਧ ਜਿਹੜਾ ਕਰ ਦੂਗੀ ਹਨਾ? ਠੀਕ ਆ। ਤੇ ਤੋਰ ਕੇ ਉਂਝ ਚਵਾ ਚੂ ਓਕੇ ਆ ਜੀ ਪੂਰਾ? ਵੀਰ ਜੀ ਐਂ ਕੋਈ ਆਏ ਵੀਰ ਭਰਾ ਆਪਣੀ ਪੂਰੀ ਤਸੱਲੀ ਕਰਕੇ ਕਰ। ਠੰਡੀ ਸੀਲ ਆ? ਪੂਰੀ ਠੰਡੀ ਸੀਲ ਆ, ਐਂ ਪੂਰਾ ਚਵਾ, ਪੋਲਾ ਚਵਾਓ। ਠੀਕ ਆ ਜੀ। ਰੱਸੀ ਪਾ ਕੇ ਚੋਈਦੀ ਕਿ ਉਤਰਾ ਹੀ? ਨਹੀਂ ਨਹੀਂ ਵੀਰ ਜੀ, ਉਸ ਤਰ੍ਹਾਂ ਹੀ ਕੋਈ ਰੱਸੀ ਨਹੀਂ ਪਾਈ ਦੀ ਹਨਾ? ਨਾ ਨਾ ਕੋਈ ਲੋੜ। ਠੀਕ ਆ, ਲਿਆ ਖੋਲੋ ਫਿਰ ਇੱਕ ਵਾਰੀ ਇਹਨੂੰ ਤੋਰ ਕੇ ਵਿਖਾਈਏ। ਹਵਾਨਾ ਜਿਹੜਾ ਇੱਕ ਵਾਰੀ ਇਹਦਾ ਤੁਸੀਂ ਦੇਖ ਸਕਦੇ ਹੋ। ਗਾਂ ਨਵੇਂ ਹਵਾਨਾ ਚੰਗਾ ਦਿਖਾਉਂਦੀ ਆ ਅਤੇ ਥਣਾਂ ਦਾ ਸਾਈਜ਼ ਵੀ ਜਿਹੜਾ ਚੰਗਾ ਪਿਆਰਾ। ਅੰਦਰ ਨੂੰ ਜਿਹੜਾ ਜ਼ਿਆਦਾ ਪਸੰਦ ਕਰਦੀ। ਥਣਾਂ ਦਾ ਸਾਈਜ਼ ਜਿਹੜਾ ਇੱਕ ਵਾਰੀ ਤੁਸੀਂ ਇਹਦਾ ਦੇਖ ਸਕਦੇ ਜੀ, ਥਣਾਂ ਦਾ ਸਾਈਜ਼ ਜਿਹੜਾ ਚੰਗਾ ਸੋਹਣਾ ਲੱਗਾ। ਤੇ ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਨਾਂ ਦੱਸ ਦਈਏ ਕੀ ਮੁੱਲ ਕਰਦੇ ਜੀ? ਮੁੱਲ ਵੀਰ ਜੀ ਜਿੰਨਾ ਮਰਜ਼ੀ ਕਰੀਏ, ਤੁਹਾਨੂੰ 31,000 ਦੀ ਗਾਈ ਦੇ ਦਾਂਗੇ। 31,000 ਦੀ? ਹਾਂਜੀ। ਉੱਚਾ ਮਾਨ ਤਾਨ ਕਰੋਗੇ? ਥੋੜਾ ਬਲਾ ਵੀਰ ਜੀ ਛੋਟ ਛਾੜੀ ਕਰਾਂਗੇ। ਅੱਛਾ, ਉੱਚਾ ਵੀ ਛੋਟ ਛੜ ਕਰ ਦੋਗੇ? ਥੋੜੀ ਬਲੀ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਆ ਹੁਣ ਦੂਸਰੇ ਨੰਬਰ ਤੇ ਇੱਕ ਹੋਰ ਜਿਹੜੀ ਅੱਛਾ ਫੈਟ ਤੁਹਾਨੂੰ ਦਿਖਾਉਂਗਾ, ਗਾਂ ਦਾ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ, ਇਹ ਕਿੰਨਵਾਂ ਸੂਬਾ ਸੂਈ ਆ ਜੀ? ਵੀਰ ਜੀ ਇਹ ਦੂਸਰਾ ਸੂਬਾ ਸੂਈ ਜੀ। ਅੱਛਾ ਜੀ। ਹਾਂਜੀ, ਦੂਸਰਾ ਸੂਬਾ ਸੂਈ ਆ। ਤੇ ਇਹ ਕਿੰਨਾ ਕੁ ਚਿਰ ਹੋ ਗਿਆ ਜੀ ਸੂਈ ਨੂੰ? ਸੂਈ ਨੂੰ ਵੀਰ ਜੀ ਪੂਰਾ 1 ਮਹੀਨਾ ਹੋ ਗਿਆ ਜੀ ਸੂਈ ਨੂੰ। 1 ਮਹੀਨਾ ਹੋ ਗਿਆ? ਹਾਂਜੀ। ਤੇ ਦੁੱਧ ਕਿੰਨਾ ਤਿਆਰ ਜੀ ਇਸ ਟਾਈਮ? ਵੀਰ ਜੀ ਇਹਦੇ ਥੱਲੇ ਦੁੱਧ ਦੇ ਉਤਰਾ 16-17 ਲੀਟਰ ਦੁੱਧ ਸੀ। ਅੱਛਾ ਜੀ। ਇਹਦਾ ਬੱਚਾ ਮਰ ਗਿਆ ਜੀ, ਇਹਦੇ ਥੋੜੀ ਹੁਣ ਦੋ ਚੋਂ ਘੜ ਗਈ ਜੀ। ਅੱਛਾ ਜੀ। ਉਹਦਾ ਲਹੇਜਾ ਕੀਤਾ ਬੱਚੇ ਦਾ ਤੇ ਹੁਣ ਇਸ ਤਰ੍ਹਾਂ ਨੱਟ ਦੁੱਧ 14 ਲੀਟਰ ਤਿਆਰ ਜੀ। ਅੱਛਾ, ਇਹਦੇ ਥੱਲੇ 14 ਲੀਟਰ ਤੇ ਉਹਦੇ ਥੱਲੇ 14 ਲੀਟਰ? ਹਾਂਜੀ। ਹੁਣ ਇਹ ਮਤਲਬ ਵੀ ਦੁੱਧ ਫੇਰ 5-4 ਦਿਨਾਂ ਨੂੰ ਫੇਰ ਪੂਰਾ ਦੁੱਧ ਕਰ ਜੇਗੀ ਆਪਣਾ। ਕਿੰਨਾ ਕਰ ਜੂਗੀ 5-4 ਦਿਨ? ਹੁਣ ਫੇਰ 16-17 ਕਿਲੋ ਦੁੱਧ ਆਰਾਮ ਨਾਲ ਕਰ ਜੂਗੀ। 16-17 ਲੀਟਰ ਦੁੱਧ ਜਿਹੜਾ ਫੇਰ ਕਰ ਜੂਗੀ ਹਨਾ? ਕਰ ਜੂਗੀ। ਠੀਕ ਹੈ ਜੀ। ਤੇ ਉਂਝ ਚੌਂ ਚੌਂ ਚਵਾ ਚੋ ਕਿਹੋ ਜਿਹਾ ਜੀ ਇਹ ਤਾਂ ਵੀ? ਬਹੁਤ ਵਧੀਆ ਵੀਰ ਜੀ। ਕੋਈ ਭੋਰ ਛਿੱਟਾ, ਕੋਈ ਥਾਂ ਦੀ ਵੱਧ ਘੱਟ? ਕੋਈ ਵੀਰ ਦੀ ਵੱਧ ਘੱਟ ਨਹੀਂ, ਕੋਈ ਵੀਰ ਆਵੇ ਉਹਨੂੰ ਤਸੱਲੀ ਕਰਕੇ ਕਰੇ। ਅੱਛਾ ਜੀ। ਠੀਕ ਆ, ਚਲੋ ਖੋਲੋ ਫਿਰ ਇੱਕ ਵਾਰੀ ਨਾ ਵੀ ਤੋੜ ਕੇ ਵਿਖਾਈਏ। ਇਹਨੂੰ ਨੱਥ ਪਾਈ ਹੈ ਕੀ ਗੱਲ? ਹਾਂਜੀ ਵੀਰ ਜੀ, ਘਰੇ ਲਈ ਗਏ ਕੋਈ ਨਾਨੀ ਜੀ ਕੋ ਜੀ। ਅੱਛਾ, ਉਹਨਾਂ ਨੇ ਫਿਰ ਨੱਥ ਨੂੰ ਪਾਈ ਜੀ। ਤੇ ਅੱਛਾ ਠੀਕ ਹੈ, ਤੁਸੀਂ ਫਿਰ ਚਾਬੂ ਪਾਇਆ ਨਹੀਂ ਲਾ ਕੇ? ਹਵਾਨਾ ਜਿਹੜਾ ਤੁਸੀਂ ਇਹਦਾ ਵੀ ਦੇਖ ਸਕਦੇ ਜੀ। ਹਵਾਨਾ ਇਹ ਵੀ ਗਾਂ ਨੂੰ ਵੀ ਚੰਗਾ ਤੇ ਪਛਾਣ ਵੀ ਹਵਾਨਾ ਜਿਹੜਾ ਇਹਦਾ ਚੰਗਾ। ਇਹਦਾ ਵੀ ਜਿਹੜਾ ਮੁੱਲ ਹੁਣ ਆਪਾਂ ਵੀਰ ਜੀ ਉਹਨਾਂ ਤੋਂ ਪੁੱਛਦੇ ਕੀ ਮੁੱਲ ਕਰਦੇ ਆ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਦੱਸ ਦਈਏ ਇਹਦਾ ਵੀ। ਹਾਂਜੀ ਵੀਰ ਜੀ, ਮੁੱਲ ਵੀਰ ਜੀ ਇਹਦਾ ਆਪਾਂ ਜਿੰਨਾ ਮਰਜ਼ੀ ਕਰੀ ਜਾਈਏ, ਹਾਂਜੀ ਬੱਚਾ ਨਾਲ ਹੁੰਦਾ ਤਾਂ ਆਪਾਂ ਚਲੋ ਮੁੱਲ ਦਾ ਵੱਧ ਕਰਨਾ ਥੋੜਾ ਜਿਹਾ। ਹਾਂਜੀ, ਹੁਣ ਵੀਰ ਜੀ ਇਹ ਗੱਲ ਦੇ 23,000 ਦੀ ਗਾਈ ਦੇ ਦਾਂਗੇ। 23,000 ਦੀ? ਹਾਂਜੀ 23,000। ਤੇ ਉਹ ਚ ਮੈਂ ਫਿਰ ਸ਼ੋਰਟ ਛੱਡ ਮੌਕੇ ਤੇ ਥੋੜੀ ਪਾਤੀ ਕਰ ਦਊਗਾ। ਥੋੜੀ ਪਾਤੀ ਵੀਰ ਜੀ, ਥੋੜਾ ਬਤਾ ਮੰਨਦਾ ਰਹੂਗਾ। ਠੀਕ ਹੈ। ਤੇ ਦੁੱਧ ਇਸ ਟਾਈਮ ਪੂਰਾ ਕੰਡੇ ਵਾਲਾ 14-14 ਲੀਟਰ ਦੋਵਾਂ ਕੋਲ ਤਿਆਰ? ਦੋ ਜਾਂ ਤਿੰਨ ਟਾਈਮ ਵੀਰ ਕੋਈ ਚੋਗੇ ਖੜੇ। ਠੀਕ ਹੈ। 14 ਲੀਟਰ ਦੁੱਧ ਆ। ਤੇ ਉਂਝ ਠੰਡੀ ਸੀ ਲਿਆ ਜੀ? ਵੀਰ ਜੀ ਠੰਡੀ ਸੀ ਦਾ ਕੋਈ ਗੱਲ ਨਹੀਂ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਠੀਕ ਹੈ ਜੀ ਵੀਰ ਜੀ। ਆ ਜਿਹੜੀਆਂ ਦੋ ਗਾਵਾਂ ਵੀਰ ਜੀ ਉਹਨਾਂ ਨੇ ਵਕਾਊ ਕੀਤੀਆਂ, ਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਇੱਥੇ ਆ ਕੇ 2-3 ਟਾਈਮ ਤੋਂ ਚਵਾਈ ਕਰਕੇ ਤਸੱਲੀ ਕਰਕੇ ਲਿਜਾ ਸਕਦਾ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ
बहुत बहुत धन्यवाद जी।